ਲੱਗ ਗਿਆ ਕਿ ਮਹੀਨੇ ਭਰ ਨਿਕਲੇ ਬਾਹਰ ਤੋਂ ਵੀ ਲਾਉਣ ਕੇ ਬੈਠੇ ਆਏ ਆ ਬੈਠੇ ਕੀ ਕਰੀਏ ਦੱਸੋ ਕੋਲ ਕੋਲ ਜਗ੍ਹਾ ਜਿਹੜੇ ਹੈਗੇ ਖਾ ਪੀ ਜਿਹੜੇ ਅਸੀਂ ਰਾਸ਼ਨ ਸਾਨੂੰ ਕੋਈ ਨਹੀਂ ਮਿਲਿਆ ਅੱਜ ਤੱਕ ਅਤੇ ਕੀ ਕਰੀਏ ਦੱਸੋ ਜਦੋਂ ਘਰ ਜੋ ਪੈਸਾ ਨਾ ਹੋਇਆ ਕੋਲ ਡਾਟਾ ਦਿੰਦੇ ਸਮਝੋ ਵੀ ਨਹੀਂ ਮਿਲਿਆ ਗਏ ਜੇ ਮਿਲਿਆ ਹੋਇਆ ਜੇ ਦੇਤਾ ਹੋਇਆ ਦੇਣਗੇ ਤਾਂ ਸਾਨੂੰ ਬਾਕੀ ਘਰ ਖਰਚੇ ਕਿਤੋਂ ਪੂਰੇ ਕਰੇ ਬਿਮਾਰ ਉਹਨਾਂ ਦਵਾਈ ਵਾਸਤੇ ਪੈਸੇ ਚਾਹੀਦੇ ਨੇ ਹੋਰ ਚੀਜ਼ਾਂ ਖਾਣ ਵਾਸਤੇ ਪੈਸੇ ਚਾਹੀਦੇ ਨੇ ਕੋਈ ਸਬਜ਼ੀ ਲਿਆਉਣੀ ਪੈਂਦੀ ਹੈ ਕੋਈ ਕੁਛ ਲਿਆਉਣਾ ਪੈਂਦਾ ਕਿੱਥੋਂ ਲਿਆਏਗਾ ਬੰਦਾ ਦੱਸੋ ਕਰੋਨਾ ਮਹਾਂਮਾਰੀ ਦੌਰਾਨ ਪ੍ਰਸ਼ਾਸਨ ਵੱਲੋਂ ਕੀਤੇ ਲਾਕਡਾਊਨ ਦੇ ਦੌਰਾਨ ਇੱਕ ਮਹੀਨਾ ਹੋ ਗਿਆ ਹੈ ਲੇਕਿਨ ਫਿਰ ਵੀ ਦੇਖੀਏ ਤਾਂ ਆਪਾਂ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾਇਆ ਹੈ ਵੀ ਲੋਕਾਂ ਨੂੰ ਘਰਾਂ 'ਚ ਰੱਖਣ ਅਤੇ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਜਿੱਥੇ ਆਪਾਂ ਵੇਖ ਸਕਦੇ ਹਾਂ ਵੀ ਬਟਾਲੇ ਦਾ ਬੱਸ ਸਟੈਂਡ ਬਿਲਕੁਲ ਬੰਦ ਹੈ ਬੱਸਾਂ ਖਲੋਤੀਆਂ ਹਨ ਕੋਈ ਆਵਾਜਾਈ ਨਹੀਂ ਹੈ ਉੱਥੇ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਜੁੱਤੀਆਂ ਗੰਢਣ ਵਾਲੇ ਜੋ ਹਨ ਉਹ ਘਰਾਂ 'ਚੋਂ ਬਾਹਰ ਨਿਕਲ ਕੇ ਆਪਣਾ ਅੱਡਾ ਲਾ ਕੇ ਬੈਠੇ ਹਨ ਲੇਕਿਨ ਕਿਉਂ ਬੈਠੇ ਹਨ ਕੀ ਮਜਬੂਰੀ ਹੈ ਉਹਨਾਂ ਦੀ ਵੀ ਆ ਕੇ ਬੈਠੇ ਹਨ ਇੱਕ ਮਹੀਨੇ ਬਾਅਦ ਆਓ ਜਾਣਦੇ ਉਹਨਾਂ ਕੋਲ ਹਾਂਜੀ ਭਾਅ ਜੀ ਅੱਜ ਤੁਸੀਂ ਅੱਡਾ ਲਾਇਆ ਹਾਂਜੀ ਹਾਂਜੀ ਅਤੇ ਕਿਉਂ ਲਾਇਆ ਕੀ ਮਜਬੂਰੀ ਸਾਡੇ ਕੋਲ ਪੈਸਾ ਕੋਲ ਕੋਈ ਜਗ੍ਹਾ ਜਿਹੜੇ ਹੈਗੇ ਖਾ ਪੀ ਜਿਹੜੇ ਅਸੀਂ ਰਾਸ਼ਨ ਸਾਨੂੰ ਕੋਈ ਨਹੀਂ ਮਿਲਿਆ ਅੱਜ ਤੱਕ ਅਸੀਂ ਆ ਕੇ ਅੱਜ ਮਹੀਨੇ ਬਾਅਦ ਆਏ ਹਾਂ ਚੱਲ ਗਿਆ ਬੈਠੇ ਹਾਂ ਬਾਕੀ ਨਾ ਕੋਈ ਦਵਾਈ ਨਾ ਕੋਈ ਗੱਲਾਂ ਕੋਈ ਬਾਤ ਕਹਿੰਦੇ ਵੀ ਰਾਸ਼ਨ ਆ ਗਿਆ ਸਾਡੇ ਮੁਹੱਲੇ 'ਚ ਗਏ ਰਾਸ਼ਨ ਅੱਜ ਤੱਕ ਪਜਾਇਆ ਨਹੀਂ ਤੁਹਾਨੂੰ ਪਤਾ ਵੀ ਸਰਕਾਰ ਕਹਿਣ ਦੀ ਵੀ ਘਰ ਰਵੋ ਘਰ ਰਵੋ ਅਤੇ ਤੁਸੀਂ ਫਿਰ ਵੀ ਘਰ ਜਦੋਂ ਪੱਲੇ ਕੱਖ ਨਹੀਂ ਤਾਂ ਘਰ ਕੀ ਰਹੀਏ ਦੱਸੋ ਕੀ ਰਹੀਏ ਘਰ ਨਿਆਣੇ ਬਿਮਾਰ ਪਏ ਨੇ ਆਪ ਬਿਮਾਰ ਆ ਮਾਂ ਬਿਮਾਰ ਆ ਖੁਦ ਜੀ ਅਤੇ ਕੀ ਕਰੀਏ ਦੱਸੋ ਜਦੋਂ ਘਰ ਜੋ ਪੈਸਾ ਨਾ ਹੋਇਆ ਕੋਲ ਡਾਟਾ ਦਿੰਦੇ ਸਮਝੋ ਵੀ ਨਹੀਂ ਮਿਲਿਆ ਜੇ ਜੇ ਮਿਲਿਆ ਹੋਇਆ ਜੇ ਦੇਤਾ ਹੋਇਆ ਦੇਣਗੇ ਤਾਂ ਸਾਨੂੰ ਬਾਕੀ ਘਰ ਖਰਚੇ ਕਿਤੋਂ ਪੂਰੇ ਕਰਨੇ ਨਿਆਣੇ ਬਿਮਾਰ ਉਹਨਾਂ ਦਵਾਈ ਵਾਸਤੇ ਪੈਸੇ ਚਾਹੀਦੇ ਨੇ ਹੋਰ ਚੀਜ਼ਾਂ ਖਾਣ ਵਾਸਤੇ ਪੈਸੇ ਚਾਹੀਦੇ ਨੇ ਕੋਈ ਸਬਜ਼ੀ ਲਿਆਉਣੀ ਪੈਂਦੀ ਹੈ ਕੋਈ ਕੁਛ ਲਿਆਉਣਾ ਪੈਂਦਾ ਕਿੱਥੋਂ ਲਿਆਏਗਾ ਬੰਦਾ ਦੱਸੋ ਅਸੀਂ ਤਾਂ ਅੱਗੇ ਕਿ ਅੱਜ ਮਹੀਨੇ ਭਰ ਨਿਕਲੇ ਬਾਹਰ ਤੋਂ ਵੀ ਲਾਉਣ ਕੇ ਬੈਠੇ ਹਾਂ ਬੈਠੇ ਕੀ ਕਰੀਏ ਦੱਸੋ ਸਾਡੀ ਤਾਂ ਮਜਬੂਰੀ ਅਸੀਂ ਤਾਂ ਕਹਿੰਦੇ ਕੰਮ ਨਹੀਂ ਚਾਹੁੰਦਾ ਚਾਹੀਦਾ ਅਸੀਂ ਤਾਂ ਆਪ ਕਹਿੰਦੇ ਵੀ ਹੁਣ ਕੀ ਕਰੀਏ ਅਸੀਂ ਲੋਕ ਕਿਤੇ ਨਾ ਕਿਤੇ ਆਟੇ ਦਾਲ ਨਾਲ ਵੇਖਿਆ ਜਾਵੇ ਤਾਂ ਨਹੀਂ ਘਰ ਚੱਲਦਾ ਲੇਕਿਨ ਹੋਰ ਵੀ ਕਈ ਖਰਚੇ ਨੇ ਜਿਵੇਂ ਕੋਈ ਬਿਮਾਰ ਹੋ ਜਾਂਦਾ ਬੱਚਾ ਬਿਮਾਰ ਹੋ ਜਾਂਦਾ ਜਾਂ ਆਹ ਬਿਮਾਰ ਹੋ ਜਾਂਦਾ ਉਹਦੇ ਵਾਸਤੇ ਦਵਾਈ ਦਾਰੂ ਵਾਸਤੇ ਪੈਸੇ ਚਾਹੀਦੇ ਹਨ ਲੇਕਿਨ ਪੈਸੇ ਤਾਂ ਹੀ ਆਉਣਗੇ ਜੇ ਆਪਾਂ ਕੰਮ ਕਰਾਂਗੇ ਅਤੇ ਕੰਮ ਹੁਣ ਸਰਕਾਰ ਨੇ ਬੰਦ ਕੀਤੇ ਹੋਏ ਲੋਕਡਾਊਨ ਕੀਤਾ ਹੋਇਆ ਸਾਰੇ ਪਾਸੇ ਅਤੇ ਇਸ ਕਰਕੇ ਬੈਠੇ ਹਨ ਵੀ ਚਲੋ ਸਵੇਰ ਦਾ ਇੱਕ ਦਾ ਗਾਹਕ ਆ ਜਾਏਗਾ ਦੋ ਚਾਰ ਪੰਜ ਦਸ ਰੁਪਏ ਬਣ ਜਾਣਗੇ ਅਤੇ ਘਰ ਦਾ ਰਾਸ਼ਨ ਮਾੜਾ ਮੋਟਾ ਆ ਜਾਏਗਾ ਕੈਮਰਾਮੈਨ ਚੰਦਰ ਕੁੰਡੇ ਨਾਲ ਜਸਵਿੰਦਰ ਬੇਦੀ ਗੁਰਦਾਸਪੁਰ